ਇੰਗਲਿਸ਼ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੰਗਲਿਸ਼ ਦੀ ਜੋ ਵਰਕਬੁੱਕ ਆਪਣੇ ਕੋਲ ਆਈ ਹੈ ਮਾਈ ਰੀਡਿੰਗ ਬਡੀ ਇਸ ਵਿੱਚੋਂ ਅੱਜ ਆਪਾਂ ਇੱਕ ਐਕਸਰਸਾਈਜ਼ ਸੋਲਵ ਕਰਾਂਗੇ ਪੇਜ ਨੰਬਰ 70 ਤੇ ਦਿੱਤੀ ਹੋਈ ਹੈ ਠੀਕ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਫਸਟ ਤੁਹਾਡੇ ਕੋਲ ਦੇਖੋ ਹੈ ਗਿਆ ਗਿਵ ਵਨ ਵਰਡ ਇੱਕ ਸ਼ਬਦ ਦਿਓ ਪੋਸਟਮੈਨ ਨਰਸ ਕੋਬਲਰ ਇਹ ਵਰਡਸ ਨੇ ਕਿ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਆਪਾਂ ਨੇ ਦੇਣਾ ਹੈ ਬੇਟਾ ਠੀਕ ਹੈ ਜਿਵੇਂ ਫਸਟ ਸੈਂਟੈਂਸ ਆਪਣੇ ਕੋਲ ਆ ਗਿਆ 1 who mends our shoes jo sadiyan juttiyan ghandda hai usnu ik shabd ch ki kahange apan cobbler punjabi ch kende apan mochi theek hai next sentence hai one who delivers letters o jo chitthiyan vandda hai usnu ik shabd ch ki kahange apan postman dakia next sentence hai one who takes care of the patients o jo mareezan di dekhbhal ਕਰਦਾ ਹੈ ਉਸ ਨੂੰ ਕੀ ਕਹਿੰਦੇ ਆਪਾਂ ਨਰਸ ਠੀਕ ਹੈ देन ਕੰਪਲੀਟ ਦਾ ਫਲੋਇੰਗ ਸੈਂਟੈਂਸਸ ਵਾਕਾਂ ਨੂੰ ਪੂਰਾ ਕਰੋ ਹੇਠਾਂ ਦਿੱਤੇ ਗਏ ਵਾਕਾਂ ਨੂੰ ਪੂਰਾ ਕਰੋ ਔਨ 1st ਮਈ ਵੀ सेलिब्रेटेड ਇੱਥੇ ਬਲੈਂਕ ਸੀ ਉਹ ਅਪਾ ਫਿਲ ਕਰਾਂਗੇ ਲੇਬਰ ਲੇਬਰ ਡੇ ਇਨ आवर ਸਕੂਲ ਸਾਡੇ ਸਕੂਲ ਵਿੱਚ ਅਸੀਂ 1 ਮਈ ਨੂੰ ਮਜ਼ਦੂਰ ਦਿਵਸ ਜੋ ਹੈ ਮਨਾਇਆ ਠੀਕ ਹੈ सेलिब्रेटेड ਸੈਕੰਡ ਫਾਰਮ ਹੈ ਮਨਾਇਆ sunshine workers are the community helpers ਜਿਹੜੇ ਧੁੱਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਉਹ ਸਮਾਜ ਦੇ ਸਹਾਇਕ ਹੁੰਦੇ ਹਨ ਹੈਲਪਰਸ ਹੁੰਦੇ ਹਨ ਦੇ మేਕ आवर ਲਾਈਵਜ਼ ਈਜ਼ੀਅਰ ਵਿਦ देयर ਸਰਵਿਸਿਜ਼ ਆਪਣੀਆਂ ਸੇਵਾਵਾਂ ਨਾਲ ਉਹ ਸਾਡੇ ਜੀਵਨ ਨੂੰ ਸੌਖਾ ਹੋਰ ਸੌਖਾ ਬਣਾਉਂਦੇ ਹਨ ਦੇ ਦੇ ਵਰਕ ਹਾਰਡ ਉਹ ਸਖਤ ਬਿੰਦ ਕਰਦੇ ਹਨ we should respect and salute them ਸਾਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਲਾਮ ਕਰਨਾ ਚਾਹੀਦਾ ਹੈ write the names of some sunshine workers who help you ਕੁਝ ਧੁੱਪ ਵਿੱਚ ਕਰਨ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਮ ਦੱਸੋ ਜੋ ਤੁਹਾਡੀ ਮਦਦ ਕਰਦੇ ਹਨ ਠੀਕ ਹੈ ਪੁਲਿਸਮੈਨ ਪੋਸਟਮੈਨ ਨਰਸ ਕੋਬਲਰ ਗਾਰਡਨਰ ਸੂਪਰ ਸੋ ਇਹ ਸੀ ਕੁਝ ਨੇਮ ਇਸ ਤੋਂ ਇਲਾਵਾ ਹੋਰ ਵੀ ਬਹੁਤ سارے ਸੰਸਾਇਨ ਵਰਕਰਸ ਹੁੰਦੇ ਨੇ ਇਹ ਤੁਸੀਂ ਖੁਦ ਸੋਚੋ ਹੋਰ ਵੀ ਤੇ ਆਪਣੀ ਸਮਰਥ ਵਾਲੀ ਨੋਟਬੁੱਕ ਤੇ ਤੁਸੀਂ ਲਿਖ ਸਕਦੇ ਹੋ ਸੋ ਇੱਥੇ ਇਹ ਤੁਹਾਡੀ ਐਕਸਰਸਾਈਜ਼ ਬਈ ਤਾਂ ਕੰਪਲੀਟ ਹੁੰਦੀ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮੱਚ ਬਾਏ ਬਾਏ